इस दे विच मैं एक्चुअल दे विच की ओह करेगा भी जिहड़े साडे समाज दे अणगौले किरदार ने उन्हां नूं बयान करन दा ओह करेगा जी। तां अपनी जिहड़ी एंड आ लाइफ दा अंत आ ओह इह आ जी। इहो रंग हुंदे ना जागे उत्ते फिर फुल्लां दे विच किद्दां फर्क हुंदा, नीले अंबरां ते दूधिया बदलां दा फिर किस तरह आपस विच तर्क हुंदा। लक्कड़ दा दरवाजा हैगा थां थां तों टुट्टिया पिया हैगा जी, पर जिस तरह आपां कहिंदे हुंदे आ कि वी जिहड़ा वी अपने आखरी साह तक आ जिहड़ी आस आ उसनूं बरकरार रखणा चाहीदा हैगा जी। थां थां तों बन्न रख्या उसनूं, हाले वी मतलब कि वी एक आस हैगी आ वी हुण वी इस घर दे विच किसे ने मतलब कि प्रवेश नहीं करना। ਇਹ ਰੰਗਾਂ ਕਾਰਨ ਹੀ ਧਰਤੀ ਸੁਰਗ ਜਾਪੇ, ਨਹੀਂ ਤੇ ਰੰਗਾਂ ਦਾ ਹੋਣਾ ਇਹ ਨਰਕ ਹੁੰਦਾ, ਸਰਤਾਜ ਦੇ ਕੰਮ ਨਹੀਂ ਚੱਲਣੇ ਦੀ, ਇਸ ਰੰਗ ਰੇਜ਼ ਦਾ ਬੇੜਾ ਗਰਕ ਹੁੰਦਾ। ਮੈਂ ਬਾਬਾ ਨਾਨਕ ਜੀ ਦੀ ਤਸਵੀਰ ਨੂੰ ਸਿਰਫ ਚੌਲ ਦਾ ਇੱਕ ਨਿੱਕਾ ਜਿਹਾ ਦਾਣਾ ਹੁੰਦਾ ਹੈਗਾ ਜੀ, ਉਸ ਦੇ ਉੱਪਰ ਮਤਲਬ ਕਿ ਪੇਂਟ ਕੀਤਾ ਸੀਗਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਇਦਾਂ ਦੇ ਹੀ ਰੰਗਾਂ ਨਾਲ ਖੇਡਣ ਵਾਲੇ ਚਿੱਤਰਕਾਰ ਨਾਲ ਮਿਲਵਾਉਣ ਜਾ ਰਹੇ ਹਾਂ, ਜੋ ਰੰਗਾਂ ਦੇ ਨਾਲ ਖੇਡਦੇ ਨੇ, ਚਿੱਤਰਕਾਰੀ ਵੀ ਕਰਦੇ ਨੇ, ਪੋਰਟਰੇਟ ਵੀ ਬਣਾਉਂਦੇ ਨੇ ਅਤੇ ਉਹਨਾਂ ਦੀ ਲਿਖਾਈ ਵੀ ਬੜੀ ਸੋਹਣੀ ਆ, ਉਹ ਫੋਟੋਗ੍ਰਾਫੀ ਦਾ ਵੀ ਸ਼ੌਂਕ ਰੱਖਦੇ ਨੇ। ਜਿੰਨੀ ਸੋਹਣੀ ਉਹ ਚਿੱਤਰਕਾਰੀ ਕਰਦੇ ਨੇ ਉਨਾ ਹੀ ਸੋਹਣਾ ਉਹਨਾਂ ਦਾ ਸੁਭਾਅ ਹੈ। ਆਪਣੀ ਕਲਾ ਨਾਲ ਤਾਂ ਉਹ ਤੁਹਾਡਾ ਦਿਲ ਜਿੱਤਣਗੇ ਹੀ, ਪਰ ਉਹਨਾਂ ਨੇ ਆਪਣੇ ਸੁਭਾਅ ਨਾਲ ਵੀ ਤੁਹਾਨੂੰ ਆਪਣਾ ਫੈਨ ਬਣਾ ਲੈਣਾ। ਆਓ ਮਿਲਾਉਂਦੇ ਹਾਂ ਤੁਹਾਨੂੰ ਸੰਦੀਪ ਚਿੱਤਰਕਾਰ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਅਨਮਿਊਟ 'ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਅਤੇ ਤੁਹਾਡੇ ਚੈਨਲ ਅਨਮਿਊਟ ਦੀ ਪੂਰੀ ਟੀਮ ਦਾ ਮੈਂ ਦਿਲ ਦੀਆਂ ਗਹਿਰਾਂ ਜੀ ਧੰਨਵਾਦ ਕਰਦਾ ਗਾ, ਜਿਨ੍ਹਾਂ ਨੇ ਇੱਕ ਨਿਮਾਣੇ ਜਿਹੇ ਕਲਾਕਾਰ ਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਬਖਸ਼ਿਆ ਗਾ ਜੀ। ਬਾਈ ਜੀ, ਮੈਂ ਪਹਿਲਾਂ ਤੁਹਾਡੇ ਨਾਮ ਤੋਂ ਹੀ ਸ਼ੁਰੂਆਤ ਕਰੂੰਗਾ, ਸੰਦੀਪ, ਸੰਦੀਪ ਚਿੱਤਰਕਾਰ। ਸੰਦੀਪ ਚਿੱਤਰਕਾਰ, ਸੰਦੀਪ ਤੋਂ ਸੰਦੀਪ ਚਿੱਤਰਕਾਰ ਬਣਨ ਤੱਕ ਦਾ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ? ਇਹ ਸਫ਼ਰ ਬੜਾ ਰੋਚਕ ਰਿਹਾ ਹੈਗਾ ਜੀ। ਐਕਚੁਅਲ ਦੇ ਵਿੱਚ ਜਿਹੜਾ ਸੰਦੀਪ ਦੇ ਨਾਲ ਚਿੱਤਰਕਾਰ ਸ਼ਬਦ ਪਿਆ ਹੈਗਾ ਜੀ, ਉਹ ਮੇਰੇ ਵੱਡੇ ਬ੍ਰਦਰ ਦੇ ਜਿਹੜੇ ਆਪਣਾ ਦੋਸਤ ਨੇਗੇ ਜੀ, ਸ਼੍ਰੀ ਨਿਰਭੈ ਸਿੰਘ ਜੀ, ਅਤੇ ਉਹਨਾਂ ਨੇ ਇੱਕ ਵਾਰ ਮੈਨੂੰ ਇੱਕ ਤਸਵੀਰ ਦਿੱਤੀ ਸੀ ਜੀ, ਜਿਸ ਦੇ ਵਿੱਚ ਗੁਰੂ ਬਾਬਾ ਬਾਲ ਉਮਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ, ਉਹਨਾਂ ਦਾ ਇੱਕ ਨਿਊਜ਼ ਪੇਪਰ ਦੇ ਵਿੱਚ ਤਸਵੀਰ ਆਈ ਸੀ ਜੀ। ਤਾਂ ਉਹ ਮੈਨੂੰ ਕਹਿੰਦੇ ਕਿ ਵੀ ਸੰਦੀਪ ਯਾਰ ਵੀ ਇਹ ਤਸਵੀਰ ਬਣਾ ਕੇ ਦੇ ਮੈਨੂੰ। ਰੰਗਾਂ ਦੀ ਤਾਂ ਉਸ ਟਾਈਮ ਮੈਨੂੰ ਇੰਨੀ ਜ਼ਿਆਦਾ ਤਾਲੀਮ ਨਹੀਂ ਸੀ ਹਾਸਿਲ, ਤਾਂ ਮੈਂ ਉਹ ਪੈਨਸਲ ਸਕੈੱਚ ਦੇ ਵਿੱਚ ਬਣਾਇਆ ਸੀ, ਅਤੇ ਜਦੋਂ ਮੈਂ ਪੈਨਸਲ ਸਕੈੱਚ ਦੇ ਵਿੱਚ ਉਹਨਾਂ ਨੂੰ ਬਣਾ ਕੇ ਦਿੱਤਾ ਤਾਂ ਮੈਂ ਨੀਚੇ ਸੰਦੀਪ ਪੇਂਟਰ ਲਿਖਤਾ ਜੀ। ਤਾਂ ਉਹ ਮੈਨੂੰ ਕਹਿੰਦੇ ਵੀ ਸੰਦੀਪ ਪੇਂਟਰ ਨਾ ਲਿਖਿਆ ਕਰ ਯਾਰ, ਕਹਿੰਦੇ ਤੂੰ ਚਿੱਤਰਕਾਰ ਲਿਖਿਆ ਕਰ, ਕਿਉਂਕਿ ਸਾਡੇ ਸੰਗਰੂਰ ਜ਼ਿਲ੍ਹੇ ਦੀ ਇੱਕ ਨਾਮਵਰ ਹਸਤੀ ਰੰਗ ਮੰਚ ਦੇ ਨਾਲ ਜੁੜੀ ਹੋਈ ਅਤੇ ਈਵਨ ਕਿ ਚਿੱਤਰਕਲਾ ਵਿਧਾ ਦੇ ਨਾਲ ਵੀ ਉਹ ਸੰਬੰਧ ਰੱਖਦੇ ਨੇ, ਬਹੁਤ ਹੀ ਵੱਡੀ ਹਸਤੀ ਆ ਗੁਰਚੇਤ ਚਿੱਤਰਕਾਰ ਜੀ। ਉਹਨਾਂ ਦੀ ਪੇਂਟਿੰਗ ਅਤੇ ਉਹਨਾਂ ਦੀ ਰੰਗ ਮੰਚ ਦੀ ਜਿਹੜੀ ਅਦਾਕਾਰੀ ਸੀ ਉਸ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ। ਅੱਛਾ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਅੱਜ ਤੋਂ ਬਾਅਦ ਤੂੰ ਵੀ ਆਪਣੇ ਨਾਮ ਦੇ ਨਾਲ ਸੰਦੀਪ ਚਿੱਤਰਕਾਰ ਲਗਾਉਣਾ ਗਾ। ਤਾਂ ਉਸ ਸਮੇਂ ਤੋਂ ਚੱਲਿਆ ਹੋਇਆ ਚਿੱਤਰਕਾਰ ਅੱਜ ਨਾਲ ਨਾਲ ਚੱਲ ਰਿਹਾ ਹੈਗਾ ਜੀ, ਅਤੇ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਅੱਗੇ ਵੀ ਇਹ ਨਾਮ ਹੋਰ ਬੁਲੰਦੀਆਂ ਤੱਕ ਜਾਏਗਾ ਜੀ। ਤਾਂ ਆਪਣੀ ਜਿਹੜੀ ਐਂਡ ਆ ਲਾਈਫ ਦਾ ਅੰਤ ਆ ਉਹ ਇਹ ਆ ਜੀ। ਇਹ ਮੈਂ ਕਦੋਂ ਬਣਾਈ ਸੀ ਤੁਹਾਡੀ? ਇਹ ਮੈਂ ਫੋਟੋਗ੍ਰਾਫੀ ਕਰੀ ਹੋਈ ਹੈਗੀ ਜੀ। ਅੱਛਾ। ਅਤੇ ਇਹ ਤਕਰੀਬਨ ਹੋ ਗਿਆ 2 ਸਾਲ ਹੋ ਗਏ ਜੀ ਇਸ ਮਤਲਬ ਕਿ ਵੀ ਫੋਟੋਗ੍ਰਾਫੀ ਨੂੰ। ਮੈਨੂੰ ਬੜਾ ਮਤਲਬ ਕਿ ਵੀ ਇੱਕ ਇਸ ਦੇ ਵਿੱਚੋਂ ਮੈਸੇਜ ਉਹ ਕਰ ਰਿਹਾ ਸੀਗਾ ਜਿਵੇਂ ਸੁੱਕਾ ਰੁੱਖਾ ਹੈ ਨਾ, ਵੀ ਆਪਣੀ ਜ਼ਿੰਦਗੀ ਵੀਰਾਨ ਹੋ ਗਈ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ ਹੋ ਜਾਣਾ ਗਾ ਜੀ। ਤੁਸੀਂ ਰੰਗਾਂ ਦੇ ਨਾਲ ਖੇਡਦੇ ਹੋ, ਚਿੱਤਰ ਬਣਾਉਂਦੇ ਹੋ, ਪੇਂਟਿੰਗਾਂ ਬਣਾਉਂਦੇ ਹੋ, ਪੋਰਟਰੇਟ ਬਣਾਉਂਦੇ ਹੋ, ਫਿਰ ਮੈਨੂੰ ਪਤਾ ਲੱਗਿਆ ਵੀ ਤੁਸੀਂ ਚੌਲਾਂ ਦੇ ਦਾਣੇ ਦੇ ਉੱਤੇ ਵੀ ਪੋਰਟਰੇਟ ਬਣਾਉਂਦੇ ਹੋ, ਉਹਨਾਂ ਨੂੰ ਵੀ ਰੰਗਾਂ ਦੇ ਨਾਲ ਸਜਾਉਂਦੇ ਹੋ, ਇਹ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਕਿੱਦਾਂ ਆਇਆ? ਐਕਚੁਅਲ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਵੀ ਚਿੱਤਰਕਾਰੀ ਦੇ ਸ਼ੌਂਕ ਦੀ ਜੀ, ਇਹ ਮੈਨੂੰ ਮਤਲਬ ਕਿ ਵੀ ਮੇਰੇ ਪਰਿਵਾਰ ਦੇ ਵਿੱਚੋਂ ਮੇਰੇ ਵੱਡੇ ਭਾਈ ਸਾਹਿਬ
सरदार मनप्रीत सिंह जस्सी जी तो पिया सी जी। छोटी उम्र दे विच सानू उस टाइम हले ड्राइंग जां चित्रकला दा विशा नहीं सी शुरू होया जी। तो घर दे विच इक लकड़ी दा दरवाजा सी, उस दे उपर जस्सी पेंटर लिख दिया करदे सी जी। ਤਾਂ ਹੋਇਆ ਕਿ ਜੀ ਜਦੋਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹ ਕਿਧਰੇ ਇੱਧਰ ਉੱਧਰ ਚਲੇ ਜਾਂਦੇ ਤਾਂ ਮੈਂ ਉਹਨਾਂ ਦੇ ਕਲਰ ਚੱਕਦਾ ਅਤੇ ਜੱਸੀ ਪੇਂਟਰ ਦੇ ਉੱਪਰ ਹੀ ਮੈਂ ਕਲਰ ਵੱਖ ਵੱਖ ਰੰਗਾਂ ਦੇ ਵਿੱਚ ਉਹ ਕਰੀ ਜਾਂਦਾ ਸੀਗਾ ਜੀ। ਅਤੇ ਇੱਕ ਦਿਨ ਹੋਇਆ ਕਿ ਜੀ ਉਹਨਾਂ ਦੇ ਸਾਹਮਣੇ ਦਾ ਮਤਲਬ ਕਿ ਵੀ ਇਹ ਕੰਮ ਕਰਨ ਦਾ ਹੌਂਸਲਾ ਨਹੀਂ ਪੈਂਦਾ ਸੀ ਜੀ, ਵੀ ਇੱਦਾਂ ਹੁੰਦਾ ਸੀਗਾ ਵੀ ਕਿਤੇ ਝਿੜਕਣਾ ਦੇਣ ਜਾਂ ਛਤਰੌਲ ਨਾ ਹੋ ਜੇ। ਅਤੇ ਇੱਕ ਦਿਨ ਉਹ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੀ 'ਚ ਮੈਂ ਆਪਣਾ ਦਾਅ ਲਾ ਰਿਹਾ ਸੀਗਾ ਜੀ, ਐਨ ਪੂਰੀ ਪੇਂਟਰਾਂ ਵਾਲੀ ਫੀਲਿੰਗ ਲੈ ਕੇ ਜੀ ਜੀ। ਅਤੇ ਪਤਾ ਚੱਲਿਆ ਵੀ ਉਹ ਮੇਰੇ ਪਿੱਛੇ ਆਣ ਕੇ ਖਲੋ ਗਏ ਜੀ, ਤਾਂ ਖਲੋਏ ਹੋਏ ਮੈਂ ਡਰਦੇ ਕਾਰਨ ਕੰਪਨ ਲੱਗ ਗਿਆ ਜੀ। ਅਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ, ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਹੋਰ ਹੁੰਦਾ ਮੈਨੂੰ ਝਿੜਕ ਵੀ ਦਿੰਦਾ ਜਾਂ ਕੋਈ ਉਹ, ਤਾਂ ਉਹਨਾਂ ਨੇ ਮੈਨੂੰ ਸ਼ਾਬਾਸ਼ੇ ਦਿੱਤੀ। ਤਾਂ ਮੈਨੂੰ ਕਿਹਾ ਵੀ ਇਹ ਰੰਗਾਂ ਦੇ ਨਾਲ ਤੂੰ ਖੇਡ ਲਿਆ ਕਰ, ਮੈਂ ਆਪਣੇ ਲਈ ਹੋਰ ਰੰਗ ਲੈ ਆਵਾਂਗਾ। ਉਹ ਦਿਨ ਗਿਆ ਅਤੇ ਅੱਜ ਦਾ ਦਿਨ ਆਇਆ ਜੀ। ਉਹ ਰੰਗਾਂ ਦੇ ਵਿੱਚ ਇੰਨੀ ਕੁ ਬਰਕਤ ਸੀ ਕਿ ਉਹ ਰੰਗ ਮੇਰੇ ਅੱਜ ਤੱਕ ਕਦੇ ਥੋੜ੍ਹੇ ਨਹੀਂ ਹੈਗੇ। ਪਰ ਘਰ ਦੀ ਗੁਰਬਤ ਦੇ ਕਾਰਨ ਜਿਹੜਾ ਬ੍ਰਦਰ ਸੀਗਾ ਭਰਾ ਨੇ, ਉਹਨਾਂ ਨੂੰ ਮਤਲਬ ਕਿ ਉਹ ਰੰਗ ਮੁੜਨ ਨਸੀਬ ਨਹੀਂ ਹੋਏ। ਅਤੇ ਮੈਂ ਬੜਾ ਮਤਲਬ ਕਿ ਵੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਗਾ ਵੀ ਜੋ ਮੈਨੂੰ ਮਤਲਬ ਕਿ ਵੀ ਇੱਦਾਂ ਦਾ ਭਰਾ ਮਿਲਿਆ ਜਿਸ ਨੇ ਕਦੇ ਵੀ ਮੇਰੇ ਰੰਗਾਂ ਨੂੰ ਥੋੜ੍ਹਨ ਨਹੀਂ ਦਿੱਤਾ। ਅੱਜ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਲਗਾ ਲਓ ਵੀ ਮੈਂ ਸੁਨਾਮ ਸਰਕਾਰੀ ਸ਼ਹੀਦ ਊਧਮ ਸਿੰਘ ਸਰਕਾਰੀ ਕੋਲੋਂ ਸੁਨਾਮ ਦੇ ਵਿੱਚ ਬੱਚਿਆਂ ਨੂੰ ਚਿੱਤਰਕਲਾ ਦੀ ਤਾਲੀਮ ਦੇ ਰਿਹਾ ਗਾ ਜੀ, ਅਤੇ ਹਰ ਟਾਈਮ ਰੰਗਾਂ ਦੇ ਵਿੱਚ ਖੇਡ ਰਿਹਾ ਗਾ ਜੀ। ਹੁਣ ਪੇਸ਼ੇ ਵਜੋਂ ਤੁਸੀਂ ਕੀ ਕੰਮ ਕਰਦੇ ਹੋ? ਮੈਂ ਸੁਣਨ 'ਚ ਆਇਆ ਤੁਸੀਂ ਇੱਕ ਕਾਲਜ ਟੀਚਰ ਹੋ। ਹਾਂਜੀ ਹਾਂ, ਮੈਂ ਮਤਲਬ ਕਿ ਸ਼ਹੀਦ ਊਧਮ ਸਿੰਘ ਸਰਕਾਰੀ ਕੋਲੋਂ ਸੁਨਾਮ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਪਿਛਲੇ 10-12 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਗਾ ਜੀ। ਮੇਰੀ ਡਬਲ MA ਆ ਜੀ, BEd ਆ, ਅਤੇ 2 ਵਾਰ ਮੇਰਾ PTET ਵੀ ਕਲੀਅਰ ਆ, ਅਤੇ UGC ਵੀ ਮੇਰਾ 2 ਵਾਰ ਕਲੀਅਰ ਆ। ਅਤੇ ਮੌਜੂਦਾ ਸਮੇਂ ਦੇ ਵਿੱਚ ਹੁਣ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕਵਿਤਾ ਸਿੰਘ ਦੀ ਰਹਿਨੁਮਾਈ ਹੇਠ ਆਪਣਾ PhD ਦਾ ਜਿਹੜਾ ਖੋਜ ਕਾਰਜ ਆ ਉਹ ਉਸ ਦੇ ਵਿੱਚ ਮੈਂ ਮਤਲਬ ਕਿ ਵੀ ਰੁੱਝਿਆ ਹੋਇਆਂਗਾ ਜੀ। ਅਤੇ ਹੁਣ ਤੁਸੀਂ ਕਾਲਜ ਦੇ ਵਿੱਚ ਵੀ ਮੈਂ ਸੁਣਿਆ ਵੀ ਸਿਖਾਉਂਦੇ ਹੋ ਚਿੱਤਰਕਾਰੀ? ਹਾਂਜੀ ਹਾਂ, ਇਹ ਚਿੱਤਰਕਾਰੀ ਜਿਹੜਾ ਮਤਲਬ ਕਿ ਮੇਰਾ ਵਿਸ਼ਾ ਗਾ ਫਾਈਨ ਆਰਟਸ ਦਾ ਜੀ। ਜਿਸ ਸਮੇਂ ਮੈਂ ਕਾਲਜ ਦੇ ਵਿੱਚ ਮਤਲਬ ਕਿ ਵੀ ਜੁਆਇਨ ਕੀਤਾ ਸੀ ਕਾਲਜ, ਅਤੇ ਉਸ ਸਮੇਂ ਤਾਂ ਇਹ ਲਗਾ ਲਓ ਵੀ ਕਾਲਜ ਦੇ ਵਿੱਚ ਜਿਹੜੇ ਸਾਡੇ ਟੀਚਰ ਸੀ ਉਹਨਾਂ ਨੂੰ ਵੀ ਬਹੁਤ ਘੱਟ ਪਤਾ ਸੀਗਾ ਵੀ ਫਾਈਨ ਆਰਟਸ ਹੁੰਦਾ ਕੀ ਆ ਜੀ। ਅਤੇ ਉਸ ਨਾਮ ਨੂੰ ਲੈ ਕੇ ਜਾਂ ਫਾਈਨ ਆਰਟਸ ਨੂੰ ਲੈ ਕੇ ਕਈਆਂ ਨੂੰ ਮਤਲਬ ਕਿ ਵੀ ਇੰਨੀ ਜਾਣਕਾਰੀ ਨਹੀਂ ਹੈਗੀ ਸੀਗੀ। ਅਤੇ 2012 ਦੇ ਵਿੱਚ ਮੇਰੀ ਜੁਆਇਨਿੰਗ ਹੋਈ ਸੀਗੀ ਜੀ। ਅਤੇ ਉਸ ਟਾਈਮ ਤੋਂ ਕਿਹਾ ਹੋਇਆ ਜੀ, ਯੂਥ ਫੈਸਟੀਵਲ ਜਿਹੜੇ ਮਤਲਬ ਕਿ ਵੀ ਯੁਵਕ ਮੇਲੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ ਸੀਗਾ। ਪਹਿਲਾਂ ਕਦੇ ਸੁਨਾਮ ਕਾਲਜ ਸੀਗਾ ਓਵਰਆਲ ਕਦੇ ਚੈਂਪੀਅਨ ਨਹੀਂ ਬਣਿਆ ਸੀ, ਅਤੇ ਨਾ ਹੀ ਮਤਲਬ ਕਿ ਉਹਦੀ ਕਦੇ ਓਵਰਆਲ ਟਰੋਫੀ ਆਈ ਸੀ। ਪਹਿਲੇ ਸਾਲ ਤਾਂ ਜੀ ਬੱਚਿਆਂ ਨੂੰ ਮੈਂ ਸਿਰਫ ਆਈਟਮਾਂ ਦੇ ਨਾਲ ਇੰਟਰੋਡਿਊਸ ਹੀ ਕਰਵਾਇਆ ਸੀ ਵੀ ਆਹ ਆਈਟਮ ਨੂੰ ਇੱਦਾਂ ਹੈਂਡਲ ਕਰੀਦਾ, ਇਸ ਆਈਟਮ ਨੂੰ ਇੱਦਾਂ ਹੈਂਡਲ ਕਰੀਦਾ। ਵਾਹਿਗੁਰੂ ਜੀ ਦੀ ਮਿਹਰ ਸਦਕਾ ਜੀ 2013 ਤੋਂ ਲੈ ਕੇ ਟਿਲ ਹੁਣ ਮਤਲਬ ਕਿ 2021-22 ਆ ਗਿਆ ਜੀ, ਹੁਣ ਤੱਕ ਸੁਨਾਮ ਕਾਲਜ ਆ ਓਵਰਆਲ ਚੈਂਪੀਅਨ ਵੀ ਬਣਦਾ ਆ ਰਿਹਾ ਗਾ ਜੀ। ਅਤੇ ਓਵਰਆਲ ਫਾਈਨ ਆਰਟਸ ਦੀ ਟਰਾਫੀ ਅਤੇ ਲੋਕ ਕਲਾਵਾਂ ਦੀ ਟਰਾਫੀ ਉਹ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਨਾਮ ਬੋਲ ਰਹੀ ਹੈ ਜੀ। ਜਿੱਦਾਂ ਕਹਿੰਦੇ ਆ ਕਲਾਕਾਰ ਦਾ ਦਿਮਾਗ ਹਰ ਟਾਈਮ ਇਹ ਦੌੜਦਾ ਰਹਿੰਦਾ, ਕੁਛ ਨਾ ਕੁਛ ਕ੍ਰੀਏਟਿਵ ਕਰਨ ਦੀ ਉਹਨਾਂ ਨੂੰ ਲੱਗੀ ਰਹਿੰਦੀ ਆ ਵੀ ਆਹ ਵੀ ਕਰੀਏ ਆਹ ਵੀ ਕਰੀਏ, ਹੁਣ ਅੱਗੇ ਕੀ ਕਰਨ ਜਾ ਰਹੇ ਹੋ? ਐਕਚੁਅਲੀ ਵਿੱਚ ਜਿਵੇਂ ਮੈਂ ਕਹਿਣਾ ਹੁੰਦਾ ਗਾ ਵੀ ਜਿਹੜੀ ਕਲਾਕਾਰ ਦੀ ਰੂਹ ਹੁੰਦੀ ਆ ਹੈ ਨਾ, ਉਹ ਹਰ ਚੀਜ਼ ਨੂੰ ਲਗਾ ਲਓ ਜਾਂ ਦੁਨੀਆ ਦੇ ਜਿੰਨੇ ਵੀ ਮਤਲਬ ਕਿ ਪਹਿਲੂ ਨੇ ਉਹਨੂੰ ਤੀਸਰੀ ਅੱਖ ਦੇ ਨਾਲ ਦੇਖਦਾ ਗਾ ਜੀ। ਉਹ ਉਸ ਅੱਖ ਦੇ ਨਾਲ ਨਹੀਂ ਦੇਖਦਾ ਵੀ ਜਿਸ ਦੇ ਵਿੱਚ ਮਤਲਬ ਕਿ ਵੀ ਆਮ ਇਨਸਾਨ ਜਿਸ ਅੱਖ ਦੇ ਨਾਲ ਦੇਖਦਾ ਗਾ ਜੀ। ਤਾਂ ਇਸ ਦੌਰ ਦੇ ਵਿੱਚ ਬਹੁਤ ਜਿਹੜੀਆਂ ਕਲਾਵਾਂ ਨੇਗੀਆਂ ਜੀ ਹੈ ਨਾ, ਭਾਵੇਂ ਉਹ ਕੈਲੀਗ੍ਰਾਫੀ ਲਗਾ ਲਓ ਜਾਂ ਲੋਕ ਕਲਾਵਾਂ ਲਗਾ ਲਓ ਜਾਂ ਜਿਸ ਤਰ੍ਹਾਂ ਕਿ ਇੱਕ ਆਪਣਾ ਸਾਡੇ ਇੱਥੋਂ ਸੰਗਰੂਰ ਤੋਂ ਰਾਹੁਲ ਮਹਿੰਦੀ ਆਰਟਿਸਟ ਨੇਗੇ, ਉਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰਿਆ ਸੀ ਅਤੇ ਮੈਨੂੰ ਕਹਿੰਦੇ ਸੀ, ਕਹਿੰਦੇ ਵੀ ਸਰ ਵੀ ਇੱਕ ਵਿਆਹਾਂ ਦੇ ਵਿੱਚ ਹੁਣ ਕੁੜੀਆਂ ਕੀ ਕਹਿੰਦੀਆਂ ਨੇ ਵੀ ਸਾਡੇ ਹੱਥ ਦੇ ਉੱਪਰ ਸਾਡੇ ਹਸਬੈਂਡ ਦਾ ਪੋਰਟਰੇਟ ਹੋਵੇ ਹੈ ਨਾ ਜੀ, ਤਾਂ ਮੈਂ ਉਹ ਜਿਹੜਾ ਪੋਰਟਰੇਟ ਆ ਉਹ ਪੈੱਨ ਦੇ ਨਾਲ ਮਤਲਬ ਕਿ ਵੀ ਡਰਾਅ ਕਰ ਦਾਂਗਾ, ਉਸ ਦੇ ਉੱਪਰੋਂ ਮਹਿੰਦੀ ਲਗਾ ਦਿੰਦੇ ਨੇ। ਅਤੇ ਉਹ ਵੀ ਮਤਲਬ ਕਿ ਵੀ ਇੱਕ ਨਵੀਂ ਕਲਾ ਮਤਲਬ ਕਿ ਵੀ ਜਿਹੜੀ ਆ ਸ਼ੁਰੂ ਹੋ ਚੁੱਕੀ ਹੈਗੀ। ਪ੍ਰੇਰਨਾ ਕਿੱਥੋਂ ਮਿਲਦੀ ਆ ਤੁਹਾਨੂੰ ਇਹਨਾਂ ਦੇ ਚਿੱਤਰ ਬਣਾਉਣ ਦੇ
अलग अलग वो करने जेकर तकनीकी ज्ञान की गल की जाए तो मेरे गुरु मान गए जी श्रीमती गुरमेल कौर जी तो छेवीं क्लास के उस समय की एक भुल घटना ये हैगी जी कि उन्होंने सानू एक प्यासा कौआ कां दा सीगा जिहड़ा है ना चित्र दिता सीगा जी तो मैं उसनों जिडे क साइज़ का वो हैगा सी मैं ज्यों दा त्यों बना के लै गया जी तो जो मैं उन्होंने सामने करिया दिखाने के लिए तो वह मैनू कहिंदे वी ट्रेस किया गा तो मैं ट्रेस मतलब कि हरफ तो बिल्कुल अनजाण सी जी तो मैनू शायद लग्या भी कते भी वो मेरे तो ये पूछ रहे ने कि भी हाँ देख के बनाया गा मैं कहा हाँ जी तो बस इन्ना सुन दी देर सी जी भी एक शतरौल हो गई जी मेरी उस गल तो लैके फिर मैं अपने नाल दे सहपाठी नूं पुछया मैं कहा यार भी ट्रेस की हुंदा गा भी किद्दां करदे ने तो वह कहिंदे भी अपना जिहड़ा ड्रॉइंग दा शीट है ना वो नीचे रख ली तो वो उपर असल पिक्चर रख ली तो पेंसिल दे नाल जो आप दब के ड्रा करते हैं वह छापा उतर जाता। अच्छा जी मैं कहा नहीं यार भी मैं तो इदा नहीं सीगा बनाया मैं ते आप बनाया हाँ मैं खुद बनाया सी देख के बनाया सीगा उन्हें दोबारा फिर मैम नूं जाके दसता जी मैनू फिर डर लगे भी कदे फिर ना हुण कटापा होवे जी ते पर जो मैम कोल गया तो मैम ने बड़े प्यार दे नाल आदर सत्कार दे नाल बुलाया उदो छेवीं क्लास दे विच हुंदे से तां भी इमोशनल भी हो जांदे सीगे जल्दी तो फिर मैम ने मैनू उस टाइम समोसा भी खिलाया जी तो एक चाह दा कप भी पिलाया तो वो प्यार मतलब कि भी इन्ना क मिलिया उस टाइम दे विच वो प्यार दे विच इन्नी क बरकत लगा लो जी अज तक मेरे गुरु मां मेरे नाल जुड़े हुए नेगे जी ते होर जेकर कला अध्यापकों की गल करिए डॉक्टर कविता सिंह जी मेरे जो हुण पंजाबी यूनीवर्सिटी पटियाला गाइड नेगे जी उन्हां कोलों मतलब कि भी बहुत ज़्यादा कुछ सीखने को मिल रहा है जी। तो जे मैं हुण पूछा थोड़े फ्यूचर प्लैन की ने फ्यूचर प्लैन जी जे देखे जाए जी असी अजकल मैं तुहानूं जिस तरह मैं पहला ही दस्सिया गा भी शहीद ऊधम सिंह सरकारी कॉलेज सुनाम विखे मैं अपनियां सेवावां निभा रहा गा तो हर वा हर समय मतलब कि इस कला दे विच रुझे होएंगे जी ज्यों ज्यों कोई भी काम वह मिलता गा जी तो उन्होंने बड़ी शिद्दत दे नाल करीदा गा जी तो जिस तरह भी अगे वाहिगुरु ने चाहिया तो वह करवाई जाएंगे जी अपने आप तो कदे भी यह सोच के नहीं गा चलिया भी हाँ भी आह काम दे विच मैं इदा कर दाँगा इदा कर दाँगा वाहेगुरु जी की रजा गई परमात्मा की सच्चे पातशाह की जिदा वह करवाई जाते हैं तो उन्होंने हुक्म अनुसार चल चली जा रहे हैं जी। बाय प्रोफेशनल तुसीं टीचर हो कदे होया भी ये गवर्नमेंट वालों भी थोनू कोई सम्मान होया जां गवर्नमेंट वालों थोनू कदे भी तुसीं इन्ने वधिया कलाकार हो चित्रकार हो कदे थोनू प्रमोशन मिली होवे इहदे नाल कदे कोई होर ये तो बिल्कुल तुसीं बहुत वधिया सवाल पुछिया गा जी जे तो सरकारां दी गल करी जाइए तो सरकारां वालों तो जिहड़े कला दे विषय ने उन्हों बिल्कुल ही अणदेखा किया जा रहा है। हाँ जी हाँ बिल्कुल भी जी जबकि जिहड़ा ड्राइंग दा विषय वो सारिया विषय दा आधार आ भावें तुसीं हिस्टरी लै लो जी मैथ लै लो साइंस लै लो ज्योग्राफी लै लो तो जिवें हुण बच्चे की शुरुआत हुंदी आ जी लिखण दी तो वह लाइना तो स्टार्ट कर देंगे सलाइंटिंग लाइन स्टैंडिंग लाइन है ना पर की हैगा जे बट भी कला नूं मतलब कि भी इन्होंने एक इन्ना क सिंपल जिहा विषय वह करके देता भी इहदी ज़्यादा कोई वैल्यू नहीं समझदे सिर्फ वैल्यू इन्हां दी कित्थों तक सीमित रह गई सिर्फ जां जदों यूथ फैसटिवल हुंदा गा जी उदों वह कर लो जां तुहाडे कोई कॉलेज दे विच फंक्शन आ स्कूल दे विच फंक्शन आ स्टेज डेकोरेशन कर दो इदां कर दो रंगोली बना दो पर जेकर देखे भी कला दी पंजाब दे विच है ना भी वह बहुत घट कला दे कदरदान नेगे जी ना ही सरकारां ने कदे इह गल आखी आ भी हाँ भी जे कोई कलाकार आ भी उहनूं प्रमोट कर दीए जां उहदियां मतलब कि भी जो आह ने अपने क्या कह दीए सेवावां ने उस दे बदले उहनूं सन्मान कर दीए तां इदां दा कदे भी कुछ नहीं होया गा जी इह सरकार दे प्रति साडा रोसा गा क्योंकि एक खिडारी आ नैशनल लैवल तो जाके आउंदा गा तां उहनूं कोटा मिल जांदा गा जी उहनूं जॉब मिल जांदी आ पर कला दे विच बहुत सारे मतलब कि स्टूडेंट इदां दे नेगे मेरे जिन्हां ने इंटरनेशनल तक मतलब कि भी अपनियां अचीवमेंट्स प्राप्त कीतियां ने उहनां नूं कदे मतलब कि भी इह लगा लो भी कदे लोकल सरकारां ने भी नहीं मतलब कि भी उन्हां नूं अपना सन्मानित किया जी भी हाँ भी एक पंजाब का बच्चा गा जिहड़ा नैशनल पद्धर ते जां इंटरनेशनल लैवल ते सुनाम हल्के दा लगा लो जां पंजाब दा नाम रोशन करके आया गा भी कदे उस नूं किसी चीज़ दे नाल सन्मानित किया होवे जी ये अपनी त्रासदी रही आ जिद्दां बाहरलियां कंट्रियां दे विच आ उत्थे जिहड़े टीचर ने वो कहिंदे भी ये आउण वाला भविख बणाउंदे आ
जे उन्होंने किसी जगह जाना तो मन लो उ उन्होंने किसी कोर्ट के जाना तो उन्होंने बी आई पी ट्रीटमेंट होंगे उन्होंने चेयर स्पैशल होंदिया ने बी ए साडे देश का भविख बनाए अपने देश च भी इदा हों बहुत वधिया सवाल तुसी पुछे है जी जेकर पंजाब की गल करिए पंजाब दे विच बिल्कुल उल्ट है अपने जिहड़े टीचर ने इत्थे तुहानू टैंकियां दे चढ़े मिलणगे जी सड़कां ते उह रुलदे फिरणगे जी उहनां दे मेरे ख्याल दे विच कोई भी सरकार किसी भी सरकार ने मतलब कि भी उन्हां दे नाल मित्रतापूर्ण जिहड़ा रवैया गा उह कदे भी नहीं अपनाया हालांकि उहनां ते लाठीचार्जां हुंदियां ने कुड़ियां दीआं जिहड़ियां साडियां भैणां हुंदियां ने ठीक है ना उहनां दे दुपट्टे उछाले जांदे ने तो लाठीचार्ज इन्ने क तशद्दद दे नाल कीता जांदा कि उहनां दे उपर पशुआं नालों भैड़ा वर्ताव कीता जांदा गा तो खुद मतलब कि मैं इस चीज़ दे विच प्रोफेशनल दे विच हैगा गा पिछे जी असीं अपनी हकीकी मंगां लई बैठे होए सीगे जी जिहड़े अपना प्रगट सिंह सिक्ख्या मंत्री रहे ने गे जी साबका सिक्ख्या मंत्री रहे ने हाँ जलंधर तो जी उन्हां दे घर दे लागे असीं मतलब कि भी अपने हकीकी मंगां लई बैठे होए से पर रातां असीं ने बिना मतलब कि सर्दी दे विच पोह माघ दीआं रातां सी जी बिना किसी तरपाल तो जीवन के मीह तक आ गया सी ओ असीं ने बिना किसी छत तो कट्टियां सी प्रशासन ने सानू मतलब कि की सीगा जी टेंट तक लाउण दी की सीगा परमिशन तक नहीं दित्ती सी हुण तुसीं देख सकदे हो भी अपने जिहड़े पंजाब दे टीचर ने गे उहनां दी की त्रासदी आ असीं बहुत ही नगूणियां तनखाहां ते कम कर रहे हांगे जी जिहड़े कि साडे पंजाब दी बहुत वड्डी त्रासदी आ जदके जिहड़े MLA हुंदे ने होर हुंदे ने इन्हां नूं बहुत सारे भत्ते मिलदे ने बहुत सारे उह करदे ने क्योंकि असीं ने आउण वाली पीढ़ी दा जिहड़ा भविख सवार बिल्कुल हैगा जी पर साडे वल मतलब कि भी इन्हां दा उक्का भी ध्यान नहीं जांदा जां तां इन्हां नूं इही डर आ भी जिहड़ा पंजाब दा यूथ आ जे पढ़ लिख गया क्योंकि जिहड़ी पढ़ाई आ उह सवालां नूं जन्म दिंदी आ है ना जी ते तां करके इह पंजाब दा इह लगा लो भी इह बेड़ा गर्क करन ते लगे पए होए ने जिवें आपां गल कह दईए कहिंदे एक बार किसी ने कहा कहिंदे भी जे कहिंदे भी किसी तुसीं देश नूं तबाह करना गा उत्थों दे एजुकेशन सिस्टम नूं दा बेड़ा गर्क कर दो जिहड़े डाक्टर बनणगे जी वह मतलब कि भी इदां दे बनणगे जदों उन्हां नूं नॉलेज नहीं होगे तां उन्हां दे हत्थों मरीज मरणगे जी आर्कीटेक्चर बनणगे जी वह बिल्डिंगां नहीं इन्नियां कामयाब बना सकणगे तां डेफिनेटली जिहड़ी बिल्डिंग कामयाब नहीं होगी जिहदियां नीहां नहीं मजबूत होणगियां तो उन्हें मतलब कि तहस नहस हो ही जाना गा जी तो इस करके मैं ये लगता हों गा भी पंजाब दियां जिहड़ियां सरकारां रही ने उन्हां दे प्रति ये मेरा रोस भी जाहर कर दांगा जी ताडे चैनल दे माध्यम राही कि भी उन्होंने पंजाब दे भविख वास्ते जां पंजाब दी एजुकेशन बारे कदे भी कोई मतलब कि भी जिहड़े ज़्यादा वधिया कदम सीगे जां सिक्ख्या नूं मतलब कि भी सारू ढंग नाल चलाउण दे लई कदे भी कोशिशां नहीं कीती इस दे विच मैं एक्चुअल दे विच की उह करिया गा भी जिहड़े साडे समाज दे अणगौले किरदार ने उन्हां नूं बयान करन दा उह करिया गा जी क्योंकि साढ़े अज दे जिहड़ा समाज आ उस दे विच मशीनीकरण बहुत ज़्यादा वध गया उसनों रुज़गार नहीं मिल रहा जिस कारण की है वह अपना जिहड़ा समा गा सौखी गुजार रहा गा जी तो मेरे ख्याल से जे उसनों रुज़गार मिलता हुंदा है ना तो उन्हें मतलब कि भी इदा रेस्टलैस होकर सोना नहीं हैगा सीगा जी ये महात्मा बुद्ध जी ने जी है ना तुहाडे हत्थी पेंटिंग हाँ जी हाँ तो जिस तरह कि आप जानते हैं कि महात्मा बुद्ध जी ने अपने आप न कमल के फुल के नाल मतलब कि भी उन्हों का अक्सर वह किया जाता गा कंपैरिजन किया जाता गा तो उस करते हैं कि भी जी संसार है एक चिक्कड़ है जी तो जोड़ा कमल का फुल चिक्कड़ हों जी विशुद्धता का प्रतीक आ ऐसे तरह जोड़ा मनुखी जीवन आ है ना तो उन्होंने भी अपने आप एक कमल के फुल की तरह रखना चाहिए गा जी क्योंकि समाज के बहुत सारे मतलब कि भी कुरूतियां फैलिया हुई ने है ना बहुत सारे मतलब कि भी अपने समाज के इदा दटनावान वापर दया ने गियाँ भी जिन्हों तो सू मतलब कि भी बेमुख हो के की वह करना चाहिए अपने आप में एक कमल के फुल की तरह रहना चाहिए जी यह जिहड़ा मैं फोटोग्राफी का विशा लिया सीगा जी हैगा सीगा होप टू सिक्योरिटी जी जाने कि भी लक्कड़ का दरवाजा गा थां थां तो टुटिया पिया गा जी पर जिस तरह आप कहने होंने कि भी जिहड़ा भी अपने आखिरी सांह तक आ जिहड़ी आस आ उसनू बरकरार रखना चाहिए गा जी इस दे विच जिस भी बंदे ने वह करिया गा जी है ना थां थां तो बन्न रखिया उसनू हाले भी मतलब कि भी एक आस हैगी भी हुण भी इस घर दे विच किसी ने मतलब कि प्रवेश नहीं करना जेकर आप नैगेटिव सोचिए तो आप कहना कि भी हाँ भी धक्का मारिया तो दरवाजा टुट जाएगा इन्ना कमजोर होया पिया भी इहनां दा टुट जाए हाँ जी हाँ
पर उस बंदे की सोच देखो भी जिसने इन थां थां तो बन रखे है ना भावे। हाँ जी हाँ एक उम्मीद उम्मीद से मतलब कि जी दुनिया बरकरार। ये जी बुक है जी दो ढाई साल, ये मेरे एक मित्र प्यारे की बुक है जी चिट्टा सिद्धू की, जिस दे विच उन्होंने अपनी दो ढाई साल जिंदगी आ भावें वह पंजाबी यूनिवर्सिटी दे विच गुजारे हुए पल ने गे ते जा उहदे महबूब संघ विच गुजारे पल ने, उन्हां दे आधार तो उन्होंने जिहड़ियां कहानियां ने जां वारतक आ उस दे इस दे विच जिक्र कीता होया गा। ते मैं जदों उन्हां दे नाल मेरा राबता कायम होया तां उन्होंने मैनूं इह बुक दित्ती जी, ते मैं उन्हां नूं कहा सी कि मैं जदों वी तुहाडी बुक दा रिव्यू देवांगा तां इक विलक्खण ढंग दे नाल देवांगा। ते मैं जदों रिव्यू दित्ता जी, मैं एक तां मेरे बहुत ही अजीज दोस्त डॉक्टर विक्रम संगरूर जी द्वारा लिखी गई है जी, इस जिहड़ा फ्रंट कवर आ वह भी मैं अपने द्वारा तैयार किया जी, तो इस दे विच तुसी देखोगे हर कहानी दे नाल मैं स्केच तैयार किए नेगे जी, जिसका सानू पाठकों वालों बहुत ही भरमा हुंगारा मिलिया क्योंकि इस दे नाल साहित दे नाल नाल इह चित्रकारी का भी समेल सीगा जी। तो इदां दा दौर शुरू हो गया सीगा जिस तरह कि आप कह दी कि पाठकों वालों सानू चिट्ठियां दोबारा शुरू हो गई सीगियां जिहड़ियां कि कोई मेरे सिरनामे ते आउंदी सी जां फिर डॉक्टर विक्रम संगरूर दे सिरनामे ते आउंदी सी जी, ते चिट्ठियां ने सानू मतलब कि बहुत हल्लाशेरी दित्ती जी। तो इस दे विच जिन्नियां भी मतलब कि भी तुसीं कहानियां पढ़ोगे हर एक कहानी दे नाल तुहानू जिहड़ा चित्र उह देखण नू मिलेगा जी। ये जिहड़ी मेरे मन दे विच ख्याल आया सी जी जदों गुरु नानक देव जी का 500 साल दिवस मनाया सीगा जी, तो उस समय मैं सोचा सीगा भी कुछ थोड़ा विलक्षण करिए जी, तो जिमें कि कह दिए अपना चावल होंगे ने सुचता का प्रतीक होंगे ने, तो बाबा नानक जी नालों कोई सुची रूह मैनू नहीं लगता इस पूरे अपने ब्रह्मंड ते कोई होवेगी, तो मैं बाबा नानक जी की तस्वीर नू सिर्फ चौल का एक निक्का जिहा दाणा हुंदा गा जी उस दे उपर मतलब कि पेंट किया सीगा जी, जिस नाल मन नू एक बहुत ही सुकून मिलिया सी, तो यह बहुत ज़्यादा वायरल हुई सी जी वीडियो। तो एक बार क्या होया जी, मैं बस के विच सफ़र कर रहा सी ते किसी जिहड़ा उत्थे यात्री सीगा जी उन्हें मैनू वह करिया ते कहिंदे भाई साहब तुसी वह नहीं हैगे भी जिन्हां ने बाबा नानक देव जी की जिहड़ी तस्वीर सी चौल दे दाणे ते बनाई सी, तां उसने बड़ी ये गल सुन के खुशी महसूस हुई भी जिहड़ी साडी कला गी भी वह वख वख लोकां तक पहुँच रही आ। तो इत्थे मैं सोशल मीडिया का भी धन्यवाद कर दाँगा क्योंकि नहीं तो अपना जिहड़ी कला सी मेरे ख्याल च सिर्फ एक दायरे तक सीमित होकर रह जाती है, तो सोशल मीडिया के राही साडी कला गी जिहड़ी एक स्टेज तो दूसरी स्टेट तक आसानी दे नाल पहुँच जाती है जी। जिस तरह कि मैं तुहानूं पहला भी दस्या सीगा कि भी जिहड़ी कलाकार की रूह हुंदी आ वह वख वख कला दियां वख वख विधावां दे नाल लवरेज हुंदी आ, ये अपने पंजाब दियां लोक कलावां ने जी, जिस तरह के छिकू हो गया जी, इनू हो गया, घग्गरे वाले नाले हो गए जी जिहड़े मतलब कि भी साइड ते पाए जांदे सीगे औरतां दा, ये शिंगार ने जी, तो पिछे इस दे बैकग्राउंड दे विच फुलकारी हैगी जी, तो गुड्डियां पटोले ने जी, इन्हां दी भी जिहड़ी सी तालीम आ मैं अपने कॉलेज दे विच विद्यार्थियों नूं दिंदा रहिंदा गा जी, तो जिस सदका विद्यार्थी ने जिहड़े इन्हां कलावां दे राही अपनी जिहड़ी रोजी रोटी आ उह भी कमा सकदे नेगे जी। ये वख वख कला वनगियां ने जी, जिवें गुड्डियां पटोले हो गया, पक्खियां हो गईयां जी, परांदियां हो गया, छिकू हो गए जी, तो पंजाब दी मतलब कि जिहड़ी असल दे विच उस टाइम खिद्दो सीगे जी वह लीरां तो तैयार करी जांदी हुंदी सी, ये बहुत हार्ड आ जी, जेकर तुसीं इसनों नप के भी देखना चाहो तो मतलब कि भी ये नप्पी नहीं जा सकती, ये इन्नी कहाड़ बनाई हुई आ, ये सिर्फ लीरां दे नाल ही बनाई हुई आ, उपर इस दे उपर जाल मड़िया होया गा जी। तो ये परांदे जी ये इनू आ गया जी, जिसनों जागो टाइम भी वरत्या जाता गा जी, तो जिस या जिस समय ये गल कह दी भी अपने घर सुहाणिया औरतां हुंदियां सी, घर रोज़ाना जिंदगी दे कम कर दियां सी,
ਤਾਂ ਸਪੋਰਟ ਦੇਣ ਦੇ ਲਈ ਯਾਨੀ ਕਿ ਸਿਰ 'ਤੇ ਰੱਖਦੀਆਂ ਸੀਗੀਆਂ, ਜੇ ਕੋਈ ਬੱਠਲ ਚੱਕਣਾ ਹੁੰਦਾ ਸੀ ਜਾਂ ਕੋਈ ਤਸਲਾ ਕੋਈ ਟੋਕਰਾ ਚੱਕਣਾ ਹੁੰਦਾ ਸੀ ਤਾਂ ਉਸ ਸਮੇਂ ਇਸ ਚੀਜ਼ ਦਾ ਯੂਜ਼ ਕਰਦੀਆਂ ਸੀ ਜੀ। ਜਿਹੜੀ ਅੱਜ ਕੱਲ੍ਹ ਅਸੀਂ ਇੱਕ ਨਵੀਂ ਕਲਾ ਵੰਨਗੀ ਸ਼ੁਰੂ ਕਰੀ ਹੋਈ ਉਹ ਹੈਗਾ ਲਾਈਵ ਪੇਂਟਿੰਗ ਦਾ। ਅਤੇ ਲਾਈਵ ਪੇਂਟਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਸ਼ਹੀਦ ਊਧਮ ਸਿੰਘ ਜੀ ਦਾ ਮੈਨੇ ਲਾਈਵ ਪੋਰਟਰੇਟ ਬਣਾਇਆ ਹੈਗਾ ਜੀ, ਤਾਂ ਇਸ ਵਾਰ ਸੁਨਾਮ ਦੇ ਵਿਖੇ ਜਦੋਂ ਗਣਤੰਤਰ ਦਿਵਸ ਮਨਾਇਆ ਗਿਆ ਸੀ, ਮੈਂ ਅਤੇ ਮੇਰੇ ਵਿਦਿਆਰਥੀ ਅਰਸ਼ਦੀਪ ਸਿੰਘ ਦੁਆਰਾ ਅਸੀਂ ਨੇ ਸ਼ਹੀਦ ਭਗਤ ਸਿੰਘ ਜੀ ਦੀ ਵੀ ਲਾਈਵ ਪੇਂਟਿੰਗ ਬਣਾਈ ਸੀ, ਜਿਸ ਦੇ ਵਿੱਚ ਉਹਨਾਂ ਦੇ ਛੋਟੀ ਉਮਰੇ ਜਦੋਂ ਉਹਨਾਂ ਨੇ ਬੰਦੂਕਾਂ ਬੀਜੀਆਂ ਸੀ ਉਹ ਸੀਨ ਨੂੰ ਵੀ ਅਸੀਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦਿਖਾਇਆ ਸੀਗਾ। ਅਤੇ ਜਿਸ ਸਦਕਾ ਸਾਨੂੰ SDM ਸੁਨਾਮ ਵੱਲੋਂ ਮੈਨੂੰ ਅਤੇ ਮੇਰੇ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ਸੀ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਗਾ ਅਨਮਿਊਟ ਚੈਨਲ ਦਾ ਅਤੇ ਉਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇੱਕ ਨਿਮਾਣੇ ਜਿਹੇ ਕਲਾਕਾਰ ਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਬਖਸ਼ਿਆ ਗਾ। ਕਿਉਂਕਿ ਇਹਨਾਂ ਚੈਨਲਾਂ ਦੇ ਥਰੂ ਹੀ ਅਸੀਂ ਵੱਖ ਵੱਖ ਦਰਸ਼ਕਾਂ ਦੇ ਰੂਬਰੂ ਹੋ ਸਕਦੇ ਹਾਂ। ਤਾਂ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।